ਧਰਨੇ ਬਾਰੇ ਤੁਸੀਂ ਮੈਨੂੰ ਦੱਸਿਆ ਪਿਆ ਸੀ ਮਾਮਲਾ ਇਹ, ਇੱਕ ਦਰਖਾਸਤ ਆਈ ਸੋਹਣੀ, 6 ਵਜੇ ਦਰਖਾਸਤ ਦੇ ਕੇ ਗਏ ਨੇ ਰੇਖਾ ਰਾਣੀ, ਉਹ ਕਿਤੇ ਡੋਗ ਲਵਰ ਨੇ, ਉਹ ਕਿਤੇ ਮੁਹੱਲੇ ਵਿੱਚ ਉਹਦੇ ਪ੍ਰੀਤਨਗਰ ਰਹਿੰਦੇ ਨੇ, ਉੱਥੇ ਕਿਤੇ ਆਪਣੇ ਲਵਰ ਕਰਕੇ ਉਹਨਾਂ ਨੇ ਫੀਡ ਫੂਡ ਕਿਤੇ ਇਕੱਠੀ ਕਰਕੇ ਪਾਉਂਦੇ, ਉਹਦੇ ਕੁੱਤੇ ਕੱਤੇ ਕਾਫੀ ਇਕੱਠੇ ਹੋ ਜਾਂਦੇ ਨੇ, ਉਹ ਹੁਣ ਕਹਿੰਦੇ ਵੀ ਸਾਡੇ ਮੈਂ ਕੁੱਤਿਆਂ ਨੂੰ, ਉਹਨਾਂ ਨੇ ਜਿਹੜੇ ਮੁਹੱਲੇ 'ਚ ਰਹਿੰਦਾ ਬੰਦਾ ਕੋਈ ਆਪਣੇ ਜਸਪਾਲ ਸਿੰਘ ਅਤੇ ਰੋਗਨ ਮਨਜਿੰਦਰ ਵਗੈਰਾ, ਇਹ ਕੁੱਤੇ ਨੂੰ ਕੁੱਟਦੇ ਨੇ ਜੀ, ਹੈ ਨਾ, ਉਹ ਦਰਖਾਸਤ ਲੈ ਲਈ ਸੀਗੀ ਉਹਨਾਂ ਨੂੰ, ਹੁਣ ਦੂਜੀ ਪਾਰਟੀ ਜਸਪਾਲ ਸਿੰਘ ਜਿਹਨਾਂ 'ਤੇ ਐਲੀਗੇਸ਼ਨ ਲਾਏ ਨੇ, ਉਹਨਾਂ ਬੁਲਾਇਆ ਹੈ, ਉਹ ਬੁਲਾ ਕੇ ਸੁਣਦੇ ਪੱਖ ਕੀ ਗੱਲ ਪਤਾ, ਉਹ ਆ ਰਹੇ ਜਸਟ ਆ ਹੀ ਰਹੇ ਨੇ, ਮੈਂ ਟੈਲੀਫੋਨ 'ਤੇ ਗੱਲ ਹੋਈ ਸੀ, ਆ ਰਹੇ ਨੇ ਉਹ। ਤੇ ਸਰ ਜਿਹੜੀ ਇੱਕ ਅਮਨ ਸੈਣੀ ਵੱਲੋਂ ਇਲਜ਼ਾਮ ਲਾਏ ਗਏ ਵੀ ਜਿਹੜੇ ਚਾਰਜ ਨੇ ਚੌਕੀ ਦੇ, ਉਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ, ਮੈਨੂੰ ਮਾਰਨ ਦੇ ਕਹਿ ਰਹੇ ਸੀ, ਮੈਂ ਤੇ ਥੱਪੜ ਮਾਰੂੰ, ਇਹ ਵਜ੍ਹਾ ਨਹੀਂ ਕੀ ਗੱਲ? ਬਿਲਕੁਲ ਝੂਠ ਹੈ, ਕੋਈ ਸੱਚਾਈ ਨਹੀਂ, ਬਿਲਕੁਲ ਇੱਕ ਵੀਡੀਓ ਚੱਲ ਰਹੀ ਹੈ ਜੀ ਉਹਦੇ ਸੰਬੰਧ ਦੇ ਵਿੱਚ ਆਏ ਸੀਗੇ, ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਸੀ, ਦਰਖਾਸਤ ਦੇ ਕੇ ਜਿਹੜੀ ਪਾਰਟੀ ਦਰਖਾਸਤ ਵਾਪਸ ਲੈ ਗਈ ਸੀਗੀ, ਮੈਂ ਤੇ ਅਗਰ ਮੇਰੇ ਕੋਲ ਦਰਖਾਸਤ ਹੁੰਦੀ ਹੈ ਮੈਂ ਤਾਂ ਦਰਖਾਸਤ ਦੇ ਅਕੋਰਡਿੰਗ ਗੱਲ ਕਰਨੀ, ਜੋ ਦਰਖਾਸਤ ਹੀ ਕਹਿੰਦੇ ਅਸੀਂ ਦਰਖਾਸਤ ਨਹੀਂ ਦੇਣੀ, ਉਹ ਦਰਖਾਸਤ ਵਾਪਸ ਲੈ ਗਏ ਨੇ, ਉਹਦੇ ਵਿੱਚ ਤਾਂ ਫਿਰ ਗੱਲ ਕਰਵੇ, ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਸੈਣੀ, ਉਹ ਕਹਿੰਦੇ ਅਸੀਂ ਦਰਖਾਸਤ ਦੇਣੀ, ਮੈਂ ਕਿਹਾ ਦਰਖਾਸਤ ਪਹਿਲਾਂ ਵੀ ਦਰਖਾਸਤ ਦਿੱਤੀ ਵਾਪਸ ਲੈ ਗਏ ਸੀਗੇ, ਅਤੇ ਦਰਖਾਸਤ ਦਿਓ, ਦਰਖਾਸਤ ਦੂਜੀ ਪਾਰਟੀ ਨੂੰ ਆਖਿਆ, ਜਦੋਂ ਕੋਈ ਕੰਪਲੇਂਟ ਦਿੰਦਾ ਆਪਾਂ ਦੂਜੀ ਪਾਰਟੀ ਨੂੰ ਪੱਖ ਸੁਣਨਾ ਹੁੰਦਾ, ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਹੈ, ਇਹ 5 ਮਿੰਟਾਂ ਵਿੱਚ ਤਾਂ ਨਹੀਂ, ਜਲਦੀ ਨਹੀਂ ਜਲਦੀ ਤਾਂ ਨਹੀਂ, ਅੱਜ ਵੀ ਹੁਣੇ ਬੁਲਾਓ ਜੀ, ਉਹਨੂੰ ਆਹੀ ਗੱਲ ਕਹੀ ਹੈ ਵੀ ਦਰਖਾਸਤ ਤੇਰੀ ਦੇਣੀ ਹੈ, ਦਰਖਾਸਤ ਦੇ ਦੇ, ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ, ਅੱਜ ਜਸ ਨੰਬਰ ਮੈਂ ਟੈਲੀਫੋਨ ਨੰਬਰ ਇਹਨਾਂ ਬੁਲਾਉਣ ਵਾਸਤੇ ਲਿਖੇ ਸੀ ਉਦੋਂ, ਉਹ ਕਹਿੰਦੇ ਨਹੀਂ ਜੀ ਅਸੀਂ ਹੁਣ ਧਰਨਾ ਲਾਉਣਾ, ਮੈਂ ਕਿਹਾ ਧਰਨਾ ਫਿਰ ਇਹ ਧਰਨਾ ਹਰ ਚੀਜ਼ ਧਰਨੇ ਨਾਲ ਇਕੱਠੀ, ਘੱਟੋ ਘੱਟ ਕੋਈ ਕੰਪਲੇਂਟ ਦਿੰਦਾ ਆਪਾਂ ਦੂਜੀ ਪਾਰਟੀ 'ਤੇ ਪੱਖ ਸੁਣਨਾ ਸਾਡੇ ਜ਼ਰੂਰੀ ਹੈ, ਕੀ ਸੱਚਾਈ ਹੈ, ਅਗਰ ਤੁਸੀਂ ਦਰਖਾਸਤ ਵੀ ਤੁਹਾਡੀ ਸੱਚਾਈ ਹੋਊਗੀ ਤਾਂ ਬਣਦੀ ਕਾਰਵਾਈ ਕੀਤੀ ਜਾਊਗੀ, ਪਰ ਜੇ ਉਹ ਕਹੇ ਹੁਣੇ ਕਾਰਵਾਈ ਕਰੋ, ਇਸ ਤਰ੍ਹਾਂ ਨਹੀਂ ਹੁੰਦਾ, ਇਹਨਾਂ ਦੀ ਜੋ ਇਹਨਾਂ ਐਕਚੁਅਲੀ ਕੀ ਹੈ ਮੇਨ, ਜੋ ਹੁਣ ਮੈਨੂੰ ਪਤਾ ਲੱਗਿਆ, ਮੈਂ ਟੈਲੀਫੋਨ 'ਤੇ ਜਸਪਾਲ ਸਿੰਘ ਨੂੰ ਕਾਲ ਕੀਤੀ ਸੀ ਕਿ ਭਾਈ ਆ ਕੇ ਦਰਖਾਸਤ ਸਾਨੂੰ ਪਿਲਾਓ, ਉਹ ਬੇਕਾਰ ਨੇ ਜੀ, ਉਹਨੇ ਮੈਨੂੰ ਬਰਬਰੀ ਦੱਸਿਆ ਵੀ ਇਹ ਇਸ ਤਰ੍ਹਾਂ ਕਰਕੇ ਜਿਹੜੀ ਰੇਖਾ ਰਾਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ, ਸਾਰੀ ਗੜੀ ਦੇ ਕੁੱਤੇ ਕੱਢਦੇ ਨੇ, 35-40 ਕੁੱਤੇ ਇਕੱਠੇ ਕਰ ਲੈਂਦੀ ਹੈ, ਅਤੇ ਕੁੱਤੇ ਕ ਮੇਰੇ ਫਾਦਰ ਨੂੰ ਪਿਛਲੀ ਕੱਟਿਆ, ਅਜੇ ਇੰਜੈਕਸ਼ਨ 5ਵਾਂ ਇੰਜੈਕਸ਼ਨ ਉਹਦੇ ਲੱਗਿਆ, ਮੇਰੇ ਫਾਦਰ ਨੂੰ ਕੱਟਤਾ ਸੀ ਕੁੱਤਿਆਂ ਦਾ, ਅਸੀਂ ਨੂੰ ਇਹੀ ਕਹਿੰਦੇ ਵੀ ਜੇ ਕੁੱਤੇ ਨੂੰ ਫੀਡ ਗਲੀ 'ਚ ਨਾ ਪਾਣੀ ਸਾਈਡ 'ਤੇ ਪਾ ਦੇ, ਇੱਥੇ ਕੁੱਤੇ ਜਵਾਕ ਨਿਕਲੇ, ਜਵਾਕਾਂ ਨੂੰ ਕੁੱਤੇ ਪੈਂਦੇ ਨੇ, ਇਹਨਾਂ ਅਸਲ ਕੀ ਇਹਨਾਂ ਦਾ ਮੇਨ ਜੋ ਦੇਖਿਆ, ਇਹਨਾਂ ਦਾ ਆਪਸੀ ਵਿਚਾਰ ਇੱਕ ਦੂਜੇ ਨਾਲ ਵਿਚਾਰ ਮਤਭੇਦ ਨੇ, ਉਹ ਮਤਭੇਦ ਲੈ ਕੇ ਇੱਕ ਦੂਜੇ ਦੇ ਆ ਚੀਜ਼ਾਂ ਕਰਦੇ ਨੇ ਇਹ। ਸਰ ਦੂਜੀ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁੱਤੇ ਨੂੰ ਮਾਰਿਆ ਜਾ ਰਿਹਾ, ਪਰ ਕੁੱਤਾ ਕਹਿੰਦੇ ਬਚ ਗਿਆ, ਮਰਿਆ ਨਹੀਂ ਤਾਂ, ਕੁੱਤੇ ਦੇ ਰੱਸੀ ਪਾ ਕੇ ਉਹਨੂੰ ਉਹਨੂੰ ਪਾ ਰਿਹਾ ਹੁਣ, ਉਹ ਤਾਂ ਹੁਣ ਪੱਖ ਸੁਣਾਂਗੇ ਨਾ, ਕਿਉਂਕਿ ਉਹਨਾਂ ਨੇ ਬਰਬਲੀ ਮੈਨੂੰ ਦੱਸਿਆ ਕਿ ਅਸੀਂ ਕੁੱਤੇ ਇਹ ਕੁੱਤੇ ਬਾਰੇ ਇਕੱਠੇ ਹੋਏ, ਅਸੀਂ ਕੁੱਤੇ ਪੜਾ ਕਰਕੇ ਉਹਨੂੰ ਪੜਾ ਪਾ ਕੇ ਉਹਨੂੰ ਕੁੱਤੇ ਛੱਡਣਾ ਸੀਗਾ ਕਿ ਇੱਥੋਂ ਬਾਹਰ ਛੱਡ ਕੇ ਆਉਣੇ ਸੀ ਕੁੱਤੇ, ਉਹਦੇ ਬਰਬਲੀ ਹੈ ਇਹ ਜੋ ਟੈਲੀਫੋਨ 'ਤੇ ਮੈਨੂੰ ਦੱਸਿਆ, ਬਾਕੀ ਬੁਲਾਏ ਨੇ ਆਉਂਦੇ ਨੇ ਪੱਖ ਦੇਖਣ ਦੇ ਕੀ ਹੈ, ਪੱਖ ਇਹ ਘੋਡਾ ਉਹਦੇ 'ਚ ਕੋਈ ਡਾਂਗ ਵਗੈਰਾ ਨਹੀਂ, ਉਹਦੇ ਡਾਂਗ ਵਗੈਰਾ ਨਹੀਂ ਮਾਰ ਰਹੇ ਕੋਈ, ਉਹ ਪਤਾ ਕਰੂਗਾ ਕੀ ਹੈ ਪਟਾ ਪਾਉਣ ਵਾਸਤੇ ਕਦ ਲਈ ਫੜ ਰਹੇ ਨੇ ਕੁੱਤੇ ਨੇ ਕੀ ਚੀਜ਼ ਹੈ, ਇਹ ਹੁਣ ਵੈਰੀਫਾਈਡ ਹੈ, ਜਾਂ ਤਾਂ ਉਹਦੇ ਡਾਂਗ ਮਾਰੇ ਫਿਰ ਤਾਂ ਕਲੀਅਰ ਬੱਕੇ ਨਾ ਕੁੱਟਦੇ ਨੇ ਜੀ, ਠੀਕ ਹੈ ਜੀ, ਉਹਨੂੰ ਫੜ ਰਹੇ ਨੇ ਹੁਣ, ਇਹ ਤਾਂ ਬਾਅਦ ਪੜਤਾਲ ਪਤਾ ਲੱਗੂ ਕਿਸ ਲਈ ਕਦ ਲਈ ਫੜ ਰਹੇ ਨੇ ਉਹ, ਜਾਂ ਮਾਰ ਰਹੇ ਨੇ ਜਾਂ ਪਟਾ ਪਾਉਣ ਲਈ ਹੈ, ਉਹ ਹੁਣ ਉਹਨਾਂ ਬੁਲਾਇਆ ਉਹ ਤਾਂ ਪੱਖ ਸੁਣੇ। ਇੱਕ ਸਰ ਇੱਥੇ ਲੇਡੀਜ਼ ਆ ਜਿਹੜੀ ਡੋਗ ਲਵਰ ਆ ਗੁੜੀਆ, ਉਹਨੇ ਦੱਸਿਆ ਕਿ ਮੇਰੇ ਨਾਲ ਵੀ ਉੱਥੇ ਲੋਕਾਂ ਨੇ ਮਤਭੇਦ ਕੀਤੀ, ਉਹਦੀ ਵੀ ਕੰਪਲੇਂਟ ਕਰਾਈ ਜਾਂ ਉਹਦੀ ਮੇਨ ਪ੍ਰੋਬਲਮ ਹੈ ਨਾ, ਉਹਦੇ ਕਰਕੇ ਤਾਂ ਹੈਗੀ ਕਿਉਂਕਿ ਉਹੀ ਡੋਗ ਲਵਰ ਹੈ, ਉਹੀ ਕੁੱਤੇ ਇਕੱਠੇ ਕਰਦੀ ਉੱਥੇ ਫੀਡ ਬੰਦੀ ਕੁੱਤਿਆਂ ਨੂੰ, ਉਹਦੇ ਕਰਕੇ ਉਹਦੇ ਕਰਕੇ ਮੇਨ ਪ੍ਰੋਬਲਮ ਹੈ, ਉਹ ਕਹਿੰਦੀ ਮੇਰੇ ਨਾਲ ਛੇੜਛਾੜ ਦੀ ਹੋਈ ਹੈ ਜੀ, ਉਹ ਤੇ ਪਾਠ ਉਹ ਦੇਖ ਪਾਠ ਇਸ ਕਰਕੇ ਬੁਲਾਏ ਨੇ, ਪਾਠ ਦੇਖਾਂਗੇ ਜੇ ਕੋਈ ਛੇੜਛਾੜ ਤਾਂ ਵੀ ਕੋਈ ਨਹੀਂ, ਜੋ ਬਣਦੀ ਕਾਰਵਾਈ ਕਰਾਂਗੇ, ਜੇ ਛੇੜਛਾੜ ਵਾਲੀ ਤਾਂ ਉਹ ਵੀ ਕਰਾਂਗੇ, ਅਦਰਵਾਈਜ਼ ਜੇ ਝੂਠ ਹੈ ਤਾਂ ਉਹ ਵੱਖਰੀ ਗੱਲ ਹੈ। ਹਾਂ ਜਸਟ ਮੇਰੇ ਕੋਲ ਹੁਣੇ 6 ਵਜੇ ਕੰਪਲੇਂਟ, 6:10 ਤੱਕ ਕੰਪਲੇਂਟ ਆਈ ਹੈ ਮੇਰੇ ਕੋਲ, ਤੇ ਬੁਲਾਵਾਂਗਾ, ਮੈਂ ਕਾਲ ਕੀਤੀ ਉਹਨਾਂ ਨੂੰ, ਜੋ ਵੀ ਵਖਾ ਸਮਝ ਕੋਈ ਨਹੀਂ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।